ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦੇ ਨਾਲ ਵੀ ਅਸੀਂ ਖਾਸ ਗੱਲਬਾਤ ਕੀਤੀ ਹੈ, ਉਹਨਾਂ ਦਾ ਕੀ ਕੁਝ ਕਹਿਣਾ ਉਹ ਵੀ ਸੁਣ ਲੈਂਦੇ ਹਾਂ। ਸਰਵਨ ਸਿੰਘ ਪੰਧੇਰ ਜੀ ਮੌਜੂਦ ਨੇ। ਪੰਧੇਰ ਸਾਹਿਬ, ਕਿਸ ਤਰੀਕੇ ਦੇ ਨਾਲ ਵੇਖਦੇ ਹੋ ਅੱਜ ਦੇ ਇਸ ਇਨਸਾਫ ਮਾਰਚ ਨੂੰ? ਦੇਖੋ, ਸਾਡੀ ਆਵਾਜ਼ ਨੂੰ ਲੋਕਾਂ ਨੇ ਜਾਇਜ਼ ਸਮਝਿਆ, ਤਾਂ ਹੀ ਐਡਾ ਵਿਸ਼ਾਲ ਵੱਡਾ ਮਾਰਚ ਹੋ ਰਿਹਾ ਹੈਗਾ ਵਾ। ਲੋਕਾਂ ਨੂੰ ਕੰਗਣਾ ਰਣੌਤ ਦੀਆਂ ਟਿੱਪਣੀਆਂ ਵਾਜਬ ਨਹੀਂ ਲੱਗੀਆਂ, ਤਾਂ ਹੀ ਐਡਾ ਵਿਸ਼ਾਲ ਮਾਰਚ ਹੋ ਰਿਹਾ। ਅੱਜ ਦਾ ਮਾਰਚ ਦੇਸ਼ ਦੀ ਰਾਜਨੀਤੀ ਵਿੱਚ ਵੱਡਾ ਮਾਰਚ ਹੋਊਗਾ। ਜਿਹੜੇ ਵੀ ਕੋ ਅਭਿਨੇਤਾ ਨੇਤਾ ਸਮਾਜ ਨੂੰ ਪਾੜਨ ਵਾਲੇ, ਵੰਡਣ ਵਾਲੇ, ਨਫ਼ਰਤ ਫੈਲਾਉਣ ਵਾਲੇ, ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਬਿਆਨ ਦਿੰਦੇ ਆ, ਉਹ ਹਟਣਗੇ ਜੇ ਅਕਲ ਹੋਊ। ਤਾਂ ਅਸੀਂ ਚਾਹਾਂਗੇ ਵੀ ਕੇਂਦਰ ਅਤੇ ਪੰਜਾਬ ਉਹਨਾਂ ਦੇ ਖਿਲਾਫ਼ ਕਾਰਵਾਈ ਕਰੇ। ਇਸ ਏਅਰਪੋਰਟ ਕਾਂਡ 'ਤੇ ਇੱਕ ਨਵਾਂ ਮੋੜ ਆ ਵੀ ਉਹਦੇ ਵਿੱਚ ਕੰਗਣਾ ਰਣਾਵਤ ਦਾ PA ਕਿਹਾ ਜਾਂਦਾ, ਟੋਪੀ ਵਾਲਾ ਪਾਊ, ਉਹ ਇੱਕ ਮਹਿਲਾ ਕਰਮਚਾਰੀ 'ਤੇ ਥੱਪੜ ਮਾਰ ਰਿਹਾ ਏਅਰਪੋਰਟ 'ਤੇ, ਉੱਤੇ ਪਰਚਾ ਹੋਣਾ ਚਾਹੀਦਾ। ਅਰ ਇਸ ਕੇਸ ਦੀ ਨਿਸ਼ਪਕਸ਼ ਜਾਂਚ ਹੋਵੇ। ਜਿਸ ਸਮੇਂ ਪੂਰੀ ਤਕਰਾਰ ਹੋਈ, ਉਸ ਤੋਂ ਬਾਅਦ ਕੰਗਣਾ ਰਣੌਤ ਦੇ ਸਮਰਥਕ ਹੋਣ, ਚਾਹੇ ਉਹਨਾਂ ਦੀ ਭੈਣ ਹੋਵੇ, ਉਸ ਦੀ ਸਟੇਟਮੈਂਟ ਆਈ, ਕਹਿੰਦੇ ਪੰਜਾਬ ਦੇ ਵਿੱਚ ਇਹ ਅੱਤਵਾਦ ਵੱਧ ਰਿਹਾ ਅਤੇ ਹੋਰ ਬਹੁਤ ਸਾਰੇ ਗੰਭੀਰ ਇਲਜ਼ਾਮ ਲਗਾਏ, ਕਿਸ ਤਰੀਕੇ ਦੇ ਨਾਲ ਦੇਖਦੇ? ਦੇਖੋ, ਉਹ RSS ਤੋਂ ਪ੍ਰੇਰਿਤ ਬਿਆਨ ਦੇ ਰਹੇ ਆ। ਉਹਨਾਂ ਦੀ ਪਿਛਲੇ 10 ਸਾਲ ਦੀ ਰਾਜਨੀਤੀ ਇਹ ਆ, ਐਤਕੀ ਉਸ ਰਾਜਨੀਤੀ ਨੂੰ ਦੇਸ਼ ਦੇ ਲੋਕਾਂ ਨੇ ਘੁੱਟ ਦਿੱਤਾ ਵਾ, ਮੰਦਰ ਮਸਤਦ ਵਾਲੀ ਨੂੰ, ਫਿਰਕੂ ਪਾੜਾ ਪਾਉਣ ਵਾਲੀ ਨੂੰ। ਉਹਨਾਂ ਨੂੰ ਹੁਣ ਸਬਕ ਸਿੱਖ ਲੈਣਾ ਚਾਹੀਦਾ, ਕੰਧ 'ਤੇ ਲਿਖਿਆ ਵੇਖ ਲੈਣਾ ਚਾਹੀਦਾ ਵੀ ਅੱਗੇ ਲੰਗੜੀ ਸਰਕਾਰ ਬਣੀ ਆ, ਜੇ ਉਹ ਬਾਜ ਨਾ ਆਏ ਤਾਂ ਹੋਰ ਸੱਤਾ ਨੂੰ ਨੁਕਸਾਨ ਹੋਊਗਾ। ਅੱਜ ਦਾ ਮੰਗ ਪੱਤਰ ਜਿਹੜਾ ਸੌਂਪਣਾ ਹੈ, ਕਿਸ ਨੂੰ ਮੰਗ ਪੱਤਰ ਸੌਂਪੋਗੇ, ਉਸਦੇ ਵਿੱਚ ਮੰਗ ਕੀ ਕਰੋਗੇ? SSP ਨੂੰ ਮੰਗ ਪੱਤਰ ਸੌਂਪਾਂਗੇ। ਮੰਗ ਇਹ ਆ ਵੀ ਨਫ਼ਰਤ ਫੈਲਾਉਣ ਵਾਲੇ ਕੋਈ ਵੀ ਨੇਤਾ ਅਭਿਨੇਤਾ ਜਿਵੇਂ ਕੰਗਣਾ ਰਣੌਤ ਹੈ, ਉਹਨਾਂ ਖਿਲਾਫ਼ ਪਰਚਾ ਹੋਵੇ, ਜਿਹੜੀ ਕਰਮਚਾਰੀ ਨੂੰ ਚਪੇੜ ਵੱਜੀ ਆ ਉਹਦੇ ਖਿਲਾਫ਼ ਕੇਸ ਹੋਵੇ, ਤੇ ਇਸ ਕੇਸ ਦੀ ਨਿਰਪੱਖ ਜਾਂਚ ਹੋਵੇ। ਕੈਮਰਾ ਪਰਸਨ ਗੁਰਜਰ ਦੇ ਨਾਲ ਕਮਲਦੀਪ ਜੀ, ਮੀਡੀਆ, ਮੋਹਾਲੀ।